ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿੰਨਾ ਘਰਾਂ ਵਿੱਚ ਗਰੀਬੀ ਹੁੰਦੀ ਹੈ ਉਹਨਾਂ ਘਰਾਂ ਦੇ ਬੱਚਿਆਂ ਉੱਤੇ ਬਚਪਨ ਨਹੀਂ ਸਿੱਧੀ ਜਵਾਨੀ ਆਉਂਦੀ ਏ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਛੋਟਾ ਜਿਹਾ ਬੱਚਾ ਆਪਣੀ ਮਾਂ ਨਾਲ ਵਜਨ ਘਟਾਉਣ ਲਈ ਭਾਂਡੇ ਵਿੱਚ ਬਜਰੀ ਪਾ ਕੇ ਲਿਆ ਰਿਹਾ ਏ ਦਰਅਸਲ ਇਸ ਬੱਚੇ ਦੀ ਮਾਂ ਲੈਂਟਰ ਪਾਉਣ ਵਾਲਿਆਂ ਨਾਲ ਦਿਹਾੜੀ ਕਰ ਰਹੀ ਸੀ ਅਤੇ ਬੱਠਲਾਂ ਵਿੱਚ ਬਜਰੀ ਪਾ ਕੇ ਲਿਆ ਰਹੀ ਸੀ ਜਿਸ ਨੂੰ ਕੀ ਇਹ ਬੱਚਾ ਸ਼ਾਮੇ ਬੈਠ ਦੇਖ ਰਿਹਾ ਸੀ ਪਰ ਮਾਂ ਨੂੰ ਥੱਕੀ ਦੇਖ ਇਹ ਬੱਚਾ ਵੀ ਆਪਣੀ ਮਾਂ ਦੇ ਨਾਲ ਕੰਮ ਕਰਾਉਣ ਲੱਗ ਜਾਂਦਾ ਏ ਐਸਡੀ ਦੇ ਦੂਸਰੇ ਪਾਸੇ ਛੱਤ ਉੱਪਰ ਖੜੇ ਵਿਅਕਤੀ ਵੱਲੋਂ ਵੀਡੀਓ ਬਣਾ ਲਈ ਜਾਂਦੀ ਏ ਸੋ ਗਰੀਬੀ ਇੱਕ ਅਜੀਹਾ ਜ਼ਹਿਰ ਹੈ ਜੋ ਬੰਦੇ ਨੂੰ ਮਾਰਦਾ ਤਾਂ ਨਹੀਂ ਪਰ ਕਈ ਵਾਰ ਸਾਰੀ ਉਮਰ ਹੀ ਤੜਫਾਉਂਦਾ ਰਹਿੰਦਾ ਏ ਕੋਈ ਹੀ ਕਿਸਮਤ ਵਾਲਾ ਹੁੰਦਾ ਹੈ ਜੋ ਇਸ ਗਰੀਬੀ ਦੇ ਜ਼ਹਿਰ ਦਾ ਤੋੜ ਲੱਭ ਲੈਂਦਾ ਏ ਸ਼ਾਇਦ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਗਰੀਬੀ ਵਿੱਚ ਪਲੇ ਬੱਚੇ ਛੇਤੀ ਜਵਾਨ ਹੁੰਦੇ ਨੇ ਕਿਉਂਕਿ ਗਰੀਬੀ ਬੱਚੇ ਦੇ ਬਚਪਨ ਆਉਣ ਤੋਂ ਪਹਿਲਾਂ ਹੀ ਉਸ ਨੂੰ ਖਾ ਜਾਂਦੀ ਏ ਜਿੱਥੇ ਇੱਕ ਪਾਸੇ ਬਹੁਤ ਸਾਰੇ ਬੱਚੇ ਸਾਰਾ ਕੁਝ ਹੁੰਦੇ ਹੋਏ ਵੀ ਆਪਣੇ ਮਾਪਿਆਂ ਨੂੰ ਘਰੋਂ ਕੱਢ ਦਿੰਦੇ ਨੇ ਉੱਥੇ ਦੀ ਦੂਜੇ ਪਾਸੇ ਕੁਝ ਇਹੋ ਜਿਹੇ ਬੱਚੇ ਵੀ ਨੇ ਜੋ ਕਿ ਆਪਣੀ ਉਮਰ ਤੋਂ ਪਹਿਲਾਂ ਹੀ ਆਪਣੇ ਮਾਪਿਓ ਦੇ ਦੁੱਖ ਸਮਝਦੇ ਨੇ ਅਤੇ ਉਹਨਾਂ ਦੀ ਮਦਦ ਕਰਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ